ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਭੀਖੀਵਿੰਡੀ ਪੁਲਿਸ ਨੇ ਇੱਕ ਸਮਗਲਰ ਨੂੰ 102 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਦੋਸ਼ੀ ਦਲਜੀਤ ਸਿੰਘ ਵਿਰੁੱਧ ਪਹਿਲਾਂ ਵੀ ਕਈ ਕੇਸ ਦਰਜ ਨੇ। ਦੋਸ਼ੀ ਦਾ ਪਿਤਾ ਪਹਿਲਾਂ ਹੀ ਭੁੱਕੀ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਪੁਲਿਸ ਮੁਤਾਬਿਕ ਦੋਸ਼ੀ ਦੇ ਪਹਿਲਾਂ ਵੀ ਕਈ ਕੇਸ ਦਰਜ ਹੋ ਚੁੱਕੇ ਨੇ। ਦੋਸ਼ੀ ਪਾਸੋਂ 60 ਕਿਲੋ ਭੁੱਕੀ ਬਰਾਮਦ ਹੋਈ ਹੈ, ਜਿਸ ਨੇ ਪੁੱਛਗਿੱਛ ਦੌਰਾਨ ਆਪਣੇ ਘਰੋਂ ਖੁੱਲ੍ਹੇ ਵਿੱਚ ਬਣਾਏ ਬੰਕਰ ਵਿੱਚੋਂ 42 ਕਿਲੋ ਹੋਰ ਭੁੱਕੀ ਬਰਾਮਦ ਕਰਾਈ।